ਲਓ ਜੀ, ਅੱਜ ਆਪਾਂ ਬਣਾਇਆ ਸੀਜ਼ਨ ਦਾ ਪਹਿਲਾ ਸਰ੍ਹੋਂ ਦਾ ਸਾਗ ਹੈ। ਆਪਾਂ ਕਿਸ ਤਰ੍ਹਾਂ ਬਣਾਇਆ ਤੁਸੀਂ ਅੱਗੇ ਜਾ ਕੇ ਵੀਡੀਓ 'ਚ ਦੇਖ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵੀਡੀਓ ਵੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇਸੀ ਟੱਬਰ ਤੇ। ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਠੀਕ ਠਾਕ ਹੋਗੇ, ਰਾਜ਼ੀ ਖੁਸ਼ੀ ਹੋਗੇ। ਅੱਜ ਦੀ ਵੀਡੀਓ 'ਚ ਆਪਾਂ ਲੈ ਕੇ ਆਏ ਹਾਂ ਇਹ ਸਾਗ। ਇਹ ਸਾਗ ਪਹਿਲੇ ਸੀਜ਼ਨ ਦਾ ਸਾਗ ਹੈ ਤੋਰੀਏ ਦਾ। ਕਿੰਨਾ ਸੋਹਣਾ ਵਾ, ਕੋਲਾ ਕੋਲਾ। ਤੇ ਇਹ ਪਾਲਕ, ਅੱਜ ਆਪਾਂ ਬਣਾਵਾਂਗੇ ਸਾਗ। ਆਪਾਂ ਇਹਨੂੰ ਚੰਗੀ ਤਰ੍ਹਾਂ ਸਾਫ ਕਰ ਲੈਂਦੇ ਹਾਂ ਤੇ ਧੋ ਲੈਂਦੇ ਹਾਂ ਤੇ ਫਿਰ ਮਿਲਦੇ ਹਾਂ। ਆ ਲਓ ਜੀ, ਸਾਗ ਆਪਾਂ ਧੋ ਕੇ ਸਾਫ ਕਰ ਲਿਆ ਵਾ। ਇਹ ਪਾਲਕ ਵੀ ਸਾਫ ਕਰ ਲਈ ਹੈ। ਇਹ ਹੁਣ ਆਪਾਂ ਥੋੜ੍ਹਾ ਜਿਹਾ ਇਹਨੂੰ ਸੁਕਾਵਾਂਗੇ ਪੱਖੇ ਥੱਲੇ। ਇਹਦਾ ਪਾਣੀ ਜਿਹਾ ਸੁੱਕ ਜੂਗਾ ਤੇ ਫਿਰ ਆਪਾਂ ਇਹਨੂੰ ਧਰਾਂਗੇ। ਤੇ ਉਹਨਾਂ ਜਿਹੜਾ ਆਪਾਂ ਬਿਸਤਰੇ ਸੁੱਕਣੇ ਪਾਏ ਇਹਨਾਂ ਨੂੰ ਧੁੱਪ ਲਵਾ ਰਹੇ ਹਾਂ। ਇਹ ਆਪਾਂ ਸਾਂਭ ਲੈਂਦੇ ਹਾਂ ਤੇ ਬਾਅਦ ਵਿੱਚ ਆਪਾਂ ਸਾਗ ਬਣਾਵਾਂਗੇ। ਸਤੰਬਰ ਦੇ ਵਿੱਚ ਇਹਨਾਂ ਨੂੰ ਬਿਸਤਰਿਆਂ ਨੂੰ ਧੁੱਪ ਲਵਾਉਣੀ ਚਾਹੀਦੀ ਆ। ਤੇ ਕੌਣ ਕੌਣ ਧੁੱਪ ਲਵਾਉਂਦਾ ਕਮੈਂਟ ਕਰਕੇ ਦੱਸਿਓ। ਇਹਨਾਂ ਨੂੰ ਜ਼ਰੂਰੀ ਆ ਕਿ ਅਗਸਤ ਸਤੰਬਰ ਸਾਉਣ ਭਾਦਰੋਂ ਦੇ ਵਿੱਚ ਧੁੱਪ ਲਵਾਉਣੀ ਚਾਹੀਦੀ ਬਿਸਤਰਿਆਂ ਨੂੰ। ਕੌਣ ਕੌਣ ਧੁੱਪ ਲਵਾਉਂਦਾ ਕਮੈਂਟ ਕਰਕੇ ਜ਼ਰੂਰ ਦੱਸਿਓ। ਆ ਲਓ ਜੀ, ਸਾਗ ਆਪਣਾ ਜਿਹੜਾ ਇਹ ਸੁੱਕ ਗਿਆ ਵਾ ਤੇ ਇਹਨੂੰ ਆਪਾਂ ਹੁਣ ਕੱਟ ਲੈਂਦੇ ਹਾਂ। ਸਾਗ ਵੀ ਆਪਾਂ ਕੱਟ ਲਾਂਗੇ ਤੇ ਪਾਲਕ ਵੀ ਕੱਟ ਲਾਂਗੇ ਤੇ ਬਾਅਦ 'ਚ ਆਪਾਂ ਤੋੜੀ ਰੱਖਾਂਗੇ ਪਹਿਲਾਂ ਸਾਰਾ ਸਾਗ ਕੱਟ ਕੇ, ਕਿਉਂਕਿ ਇਹਦਾ ਆਪਾਂ ਪਾਣੀ ਲਾਉਣਾ ਵਾ। ਇਹਨੂੰ ਆਪਾਂ ਸਾਰਾ ਕੱਟ ਲਾਂਗੇ ਤੇ ਫਿਰ ਆਪਾਂ ਇਹਨੂੰ ਧਰਾਂਗੇ। ਸਾਗ ਆਪਾਂ ਦਾਤ ਨਾਲ ਹੀ ਕੱਟਦੇ ਹਾਂ, ਅੱਜ ਵੀ ਆਪਾਂ ਦਾਤ ਨਾਲ ਹੀ ਕੱਟਾਂਗੇ। ਨਾਲੇ ਹਜੇ ਸਾਗ ਟੋਕੇ ਨਾਲ ਕੱਟਣ ਵਾਲਾ ਆਉਂਦਾ ਹੀ ਨਹੀਂ, ਕੂਲਾ ਕੂਲਾ ਆਉਂਦਾ ਸਾਗ। ਜਦੋਂ ਟੋਕੇ ਨਾਲ ਕੱਟਣ ਵਾਲਾ ਹੁੰਦਾ ਆਪਾਂ ਉਦੋਂ ਵੀ ਦਾਤ ਨਾਲ ਹੀ ਕੱਟ ਕੇ ਬਣਾਉਂਦੇ ਹਾਂ। ਇਸੇ ਤਰੀਕੇ ਨਾਲ ਆਪਾਂ ਸਾਰਾ ਸਾਗ ਕੱਟ ਲੈਂਦੇ ਹਾਂ। ਆ ਲਓ ਜੀ, ਸਾਗ ਆਪਾਂ ਤੋਰੀਏ ਦਾ ਸਾਰਾ ਕੱਟ ਲਿਆ ਵਾ, ਇਹਨੂੰ ਆਪਾਂ ਢੱਕ ਦਿੰਦੇ ਹਾਂ। ਹੁਣ ਆਪਾਂ ਕੱਟਾਂਗੇ ਇਹ ਪਾਲਕ, ਨਾਲ ਹੀ ਆਪਾਂ ਇਹ ਮਿਰਚਾਂ ਪਾਲਕ ਦੇ ਨਾਲ ਹੀ ਕੱਟ ਲਾਂਗੇ ਤੇ ਫਿਰ ਆਪਾਂ ਸਾਗ ਧਰਾਂਗੇ। ਇਹ ਵੱਖਰਾ ਵੱਖਰਾ ਆਪਾਂ ਤਾਂ ਕੱਟਦੇ ਪਏ ਹਾਂ ਕਿਉਂਕਿ ਅੱਜ ਕੱਲ੍ਹ ਗਰਮੀ ਦੇ ਵਿੱਚ ਥੋੜ੍ਹੀ ਜਿਹੀ ਤੋਰੀਏ ਦੇ ਵਿੱਚ ਕੜੱਤਣ ਹੁੰਦੀ ਆ। ਉਹਦਾ ਆਪਾਂ ਪਾਣੀ ਲਾਵਾਂਗੇ, ਉਹਨੂੰ ਆਪਾਂ ਪਹਿਲਾਂ ਪਾਵਾਂਗੇ, ਪਾਲਕ ਬਾਅਦ 'ਚ ਪਾਵਾਂਗੇ। ਪਾਣੀ ਲਾ ਕੇ ਸਾਗ ਦਾ ਤੇ ਪਾਲਕ ਵੀ ਆਪਾਂ ਸਾਰੀ ਕੱਟ ਲਈ ਤੇ ਇਹਦੇ ਨਾਲ ਹੀ ਆਪਾਂ ਮਿਰਚਾਂ ਕੱਟ ਲੈਂਦੇ ਹਾਂ, ਹਰੀਆਂ ਕੱਟ ਕੇ ਹੀ ਵਿੱਚ ਮਿਰਚਾਂ ਪਾਵਾਂਗੇ। ਬਾਕੀ ਹੋਰ ਅਦਰਕ ਲਸਣ ਆਪਾਂ ਕੁਛ ਨਹੀਂ ਪਾ ਰਹੇ, ਉਹ ਆਪਾਂ ਤੜਕੇ 'ਚ ਹੀ ਪਾਵਾਂਗੇ, ਇਕੱਲੀਆਂ ਮਿਰਚਾਂ ਹੀ ਪਾਵਾਂਗੇ ਹੁਣ। ਚਲੋ ਜੀ, ਅੱਧ ਆਪਾਂ ਪਾ ਲਈ ਆ ਤੇ ਇਹਦੇ ਉੱਤੇ ਆਪਾਂ ਰੱਖਾਂਗੇ ਤੋੜੀ ਤੇ ਸਾਗ ਬਣਾਵਾਂਗੇ ਆਪਾਂ ਤੇ ਚੁੱਲ੍ਹੇ ਤੇ। ਤੋੜੀ 'ਚ ਆਪਾਂ ਪਾਣੀ ਪਾ ਲਿਆ ਤੇ ਤੋੜੀ ਆਪਾਂ ਚੁੱਲ੍ਹੇ ਤੇ ਰੱਖ ਲਈ ਆ। ਪਾਣੀ ਗਰਮ ਹੋਊਗਾ ਤੇ ਫਿਰ ਆਪਾਂ ਇਹਦੇ ਵਿੱਚ ਸਾਗ ਪਾਵਾਂਗੇ। ਪਾਣੀ ਆਪਣਾ ਗਰਮ ਹੋ ਗਿਆ ਤੇ ਆਪਾਂ ਸਾਗ ਵਿੱਚ ਪਾਉਂਦੇ ਹਾਂ ਤੇ ਪਹਿਲਾਂ ਆਪਾਂ ਨਜ਼ਰ ਉਤਾਰ ਲਾਂਗੇ। ਸਾਗ ਪਾ ਲੈਂਦੇ ਹਾਂ ਆਪਾਂ ਵਿੱਚ। ਸਾਗ ਆਪਾਂ ਸਾਰਾ ਪਾ ਲਿਆ, ਇਹਨੂੰ ਇੱਕ ਬਾਲ ਆਉਣ ਦੇਵਾਂਗੇ ਤੇ ਫਿਰ ਇਹਦੇ ਤੋਂ ਪਾਣੀ ਆਪਾਂ ਲਾ ਕੇ ਫਿਰ ਆਪਾਂ ਪਾਲਕ ਪਾਵਾਂਗੇ ਤੇ ਇਹਨੂੰ ਢੱਕ ਦਿੰਦੇ ਹਾਂ। ਤੇ ਸਾਗ ਨੂੰ ਆਪਣੇ ਨੂੰ ਬਾਲ ਆ ਗਿਆ ਤੇ ਇਹਦੇ ਵਿੱਚ ਆਪਾਂ ਹੁਣ ਪਾਣੀ ਕੱਢ ਲਾਂਗੇ ਸਹਿਜੇ ਸਹਿਜੇ। ਆਪਾਂ ਪਾਣੀ ਸਾਰਾ ਲਾ ਲਿਆ ਤੇ ਜਿਹੜਾ ਸਾਗ ਆਪਾਂ ਫਿਰ ਵਿੱਚ ਪਾ ਲੈਂਦੇ ਹਾਂ। ਇਹ ਪਾਣੀ ਆਪਾਂ ਸਾਰਾ ਕੱਢਤਾ ਤੇ ਜਦੋਂ ਦੁਬਾਰਾ ਪਾਣੀ ਗਰਮ ਕੀਤਾ ਆਪਾਂ ਵਿੱਚ ਪਾ ਲੈਂਦੇ ਹਾਂ। ਹੁਣ ਆਪਾਂ ਵਿੱਚ ਪਾ ਲਾਂਗੇ ਪਾਲਕ। ਪਾਲਕ ਆਪਾਂ ਪਾਤੀ ਹੈ ਸਾਰੀ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਇੱਕ ਚਿਮਚਾ ਹਲਦੀ ਕਲਰ ਵਾਸਤੇ।
ਤੇ ਸਵਾਦ ਅਨੁਸਾਰ ਲੂਣ ਪਾ ਦਾਂਗੇ ਸਾਗ ਚ ਆਪਾਂ। ਇਹਨੂੰ ਆਪਾਂ ਹੁਣ ਰਿੱਝਣ ਦਿੰਦੇ ਆ, ਚੰਗੀ ਤਰ੍ਹਾਂ ਰਿੱਝੂਗਾ ਫਿਰ ਆਪਾਂ ਖੋਟਾ ਮਾਰਾਂਗੇ ਇਹਨੂੰ। ਹੁਣ ਆਪਾਂ ਖੂਬ ਰਿੰਨਾਂਗੇ ਇਹਨੂੰ। ਆ ਲਓ ਜੀ, ਸਾਗ ਆਪਣਾ ਬਣ ਗਿਆ ਵਾ। ਆਪਾਂ ਹੁਣ ਥੱਲੇ ਲਾ ਲੈਂਦੇ ਘੋਟਾ ਮਾਰਨ ਵਾਸਤੇ। ਤੜਕਾ ਰੱਖਿਆ ਵਾ ਤੇਲ, ਇਹ ਆਪਾਂ ਗੰਨੇ ਪਾ ਲੈਂਦੇ ਵਿੱਚ, ਅਦਰਕ ਨਾਲ ਹੀ ਟਮਾਟਰ ਪਾ ਦਾਂਗੇ ਤੇ ਆਪਾਂ ਕਣਕ ਦਾ ਆਟਾ ਪਾ ਲਾਂਗੇ। ਮੱਕੀ ਦਾ ਆਪਣੇ ਕੋਲ ਇਸ ਟਾਈਮ ਹੈ ਨੀ ਗਾ, ਵੈਸੇ ਮੱਕੀ ਦੇ ਆਟੇ ਦਾ ਵੀ ਅੱਲਣ ਪਾ ਲਈਦਾ ਤੇ ਕਣਕ ਦੇ ਆਟੇ ਦਾ ਵੀ ਤੇ ਬੇਸਣ ਦਾ ਵੀ ਅੱਲਣ ਪਾ ਲਈਦਾ। ਤੜਕਾ ਵੀ ਬਣਦਾ ਪਿਆ ਵਾ। ਸਾਗ ਵੇਖੋ ਆਪਣਾ ਘੁਲ ਕੇ ਮਲਾਈ ਵਰਗਾ ਹੋ ਗਿਆ। ਵੇਖੋ ਮੂੰਹ ਵਿੱਚ ਪਾਣੀ ਆ ਰਿਹਾ ਸਾਗ ਨੂੰ ਵੇਖ ਕੇ। ਇਹ ਪਹਿਲੇ ਸੀਜ਼ਨ ਦਾ ਸਾਗ ਆਪਾਂ ਪਹਿਲੀ ਵਾਰੀ ਬਣਾਇਆ ਵਾ। ਤੜਕਾ ਆਪਣਾ ਬਣ ਗਿਆ ਤੇ ਆਪਾਂ ਸਾਗ ਵੀ ਘੁੱਟ ਗਿਆ ਤੇ ਆਪਾਂ ਪਾ ਲਈਏ ਤੜਕਾ ਸਾਗ ਚ। ਰੋਟੀ ਆਪਾਂ ਅੱਜ ਸਾਗ ਨਾਲ ਪਕਾਵਾਂਗੇ ਮਿਕਸ ਆਟੇ ਦੀ। ਆ ਲਓ ਜੀ, ਮਿਕਸ ਆਟੇ ਦੀ ਰੋਟੀ ਦੇ ਸਾਗ ਆਪਣਾ ਬਣ ਕੇ ਤਿਆਰ ਆ ਤੇ ਵਿੱਚ ਪਾਇਆ ਆਪਾਂ ਮੱਖਣ ਨਾਲ ਗੰਢਾ ਤੇ ਹਰੀ ਮਿਰਚ ਤੇ ਲੱਸੀ ਤੇ ਵੇਖ ਕੇ ਮੂੰਹ ਵਿੱਚ ਪਾਣੀ ਆ ਰਿਹਾ ਵਾ ਤੇ ਖਾਣ ਨੂੰ ਬਹੁਤ ਦਿਲ ਕਰਨ ਦਿਓ। ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਦੱਬ ਕੇ ਕਰ ਦਿਓ ਤੇ ਸਬਸਕ੍ਰਾਈਬ ਵੀ ਕਰਿਓ। ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਵਿੱਚ, ਤਦ ਤੱਕ ਲਈ ਰੱਬ ਰੱਖ।